ਨਹੀਂ ਪੜ੍ਹਨਾ ਸਾਰਿਆਂ ਹੀ ਹੈ ਜਿਹਨਾਂ ਜਿਹਨਾਂ ਦੇ ਲਿਸਟ 'ਚ ਨਾਂ ਹੈ ਨਾ, ਇਨਸ਼ਾਅੱਲਾ ਉਹਨਾਂ ਸਾਰਿਆਂ ਪੜ੍ਹਨਾ ਹੈ। ਉਹਨਾਂ ਨਾਤ ਪੜ੍ਹਨੀ ਹੈ, ਤੁਸੀਂ ਸੁਬਾਨ ਅੱਲਾ ਪੜ੍ਹਨੀ ਹੈ, ਤੁਸਾਂ ਤਾਂ ਆਖਣੀ ਹੈ ਚਸ ਉਸ ਲਾਉਣੀ ਜਿਹੜੇ ਜਿਸ ਵੇਲੇ ਇਹਨਾਂ ਆਖਣੀ ਹੈ। ਮੈਂ ਆਹ ਮਹਿਮਾਨ ਤਾਂ ਚਲੋ ਕਦੀ ਮੈਨੂੰ ਮੁੜ ਮਿਲ ਸਣ ਜਾਂ ਨਾ ਮਿਲ ਸਣ, ਤੁਸੀਂ ਇਲਾਕੇ ਦੇ ਬੰਦੇ ਹੋ, ਗਵਾਡੀਆਂ ਟਕਰੇ ਤਾਂ ਮੈਂ ਵਾਪਸ ਕਰ ਦੇ ਸਾਂ। ਇੱਕ ਵਾਰੀ ਉਧਾਰੀ ਕਰਕੇ ਉੱਚੀ ਸੁਣਾਓ ਚਾ ਸੁਬਾਨ ਅੱਲਾ, ਇੱਕ ਵਾਰੀ ਮੁੜ ਗੱਜ ਕੇ ਬੋਲੋ ਸੁਬਾਨ ਅੱਲਾ। ਸੂਫੀ ਸਾਹਿਬ ਇੱਥੇ ਆਉਣਾ ਤੁਸੀਂ, ਪੈਸੇ ਨਹੀਂ ਦੇਣੇ ਬਿਲਕੁਲ, ਤੁਸੀਂ ਮੈਨੂੰ ਸਾਹ ਦਿੱਤੀ ਖੜੇ ਨੇ, ਮੈਂ ਤੁਹਾਨੂੰ ਇੱਕ ਕਲਾਮ ਸੁਣਾਉਣਾ ਹੈ, ਸਿਰਫ ਤੁਹਾਡੀ ਮੁਹੱਬਤ ਵੇਖ ਕੇ ਇੱਕ ਤੁਹਾਨੂੰ ਕਲਾਮ ਸੁਣਾਉਣਾ ਹੈ, ਬਸ ਆਖਰੀ ਕਲਾਮ। ਇਸ ਤੋਂ ਬਾਅਦ ਜਿੰਨਾ ਤੁਹਾਡਾ ਜ਼ੌਕ ਹੋਇਆ, ਇੱਕ ਸ਼ੇਰ ਦਾ ਜ਼ੌਕ ਹੋਇਆ ਤਾਂ ਇੱਕ ਹੀ ਆਖਰੀ ਕਲਾਮ, ਅਤੇ ਉਹ ਵੀ ਘੰਟੇ ਦਾ ਨਹੀਂ ਹੈ, ਐਵੇਂ 5-7 ਮਿੰਟਾਂ 'ਚ ਹਾਜ਼ਰੀ ਮੁਕੰਮਲ। ਜਿਹੜੇ ਬੇ ਔਲਾਦ ਬੈਠੇ ਨੇ ਮਹਿਫਿਲ 'ਚ ਜਾਂ ਕਈ ਸਾਡੀਆਂ ਇਸਲਾਮੀ ਭੈਣਾਂ ਮਹਿਫਿਲ ਸੁਣ ਰਹੀਆਂ ਨੇ, ਜਿਹੜੇ ਕੋਈ ਬੇ ਔਲਾਦ ਬੈਠੀ ਹੈ, ਹਜ਼ੂਰ ਦੇ ਮਿਲਾਦ ਦਾ ਸਦਕਾ ਅੱਲਾਹ ਪਾਕ ਸਾਹਿਬ ਔਲਾਦ ਫਰਮਾਏ। ਮੈਨੂੰ ਇੱਕ ਸੈਯਦ ਜ਼ਾਦਾ ਮਿਲਿਆ ਹੈ ਪਿਛਲੇ ਦਿਨਾਂ 'ਚ ਮਹਿਫਿਲ 'ਤੇ, ਅਤੇ ਮੈਨੂੰ ਕਹਿਣ ਲੱਗਾ ਸਾਗਰ ਚਿਸ਼ਤੀ ਮੈਂ ਤੈਨੂੰ ਸੁਣ ਕੇ ਬੜਾ ਖੁਸ਼ ਹੋਇਆ, ਅੱਜ ਮੰਗ ਮੇਰੇ ਕੋਲੋਂ, ਮੰਗ ਲੈ ਮੇਰੇ ਕੋਲੋਂ। ਮੈਂ ਆਖਿਆ ਜੀ ਤੁਸੀਂ ਆਲੇ ਰਸੂਲ ਹੋ, ਅੱਲਾਹ ਦੇ ਦਿੱਤਾ ਬੜਾ ਕੁਝ ਹੈ, ਜ਼ਿੰਮੇਦਾਰਾ ਵੀ ਹੈ, ਇੱਜ਼ਤ ਦੌਲਤ ਸ਼ੋਹਰਤ ਅੱਲਾਹ ਨੇ ਸਭ ਕੁਝ ਦਿੱਤਾ ਹੈ, ਬਸ ਔਲਾਦ ਨਹੀਂ ਹੈ। ਅਤੇ ਮੈਨੂੰ ਕਹਿਣ ਲੱਗਾ ਤੇਰੇ ਕੋਲ ਔਲਾਦ ਹੋਣੀ ਹੈ, ਕਿਉਂਕਿ ਤੂੰ ਜ਼ਹਰਾ ਦਾ ਜ਼ਿਕਰ ਕਰਨਾ ਹੈ, ਤੂੰ ਜ਼ਹਰਾ ਪਾਕ ਦਾ ਜ਼ਿਕਰ। ਮੈਂ ਕਿਹਾ ਜੀ ਮੈਂ ਤਾਂ ਸ਼ਾਹ ਸਾਹਿਬ ਪਹਿਲਾਂ ਹੀ ਬੜਾ ਕਰਨਾ, ਅਤੇ ਮੈਨੂੰ ਸ਼ਾਹ ਸਾਹਿਬ ਕਹਿਣ ਲੱਗੇ ਅੱਜ ਤੋਂ ਬਾਅਦ ਤੂੰ ਮੇਰੇ ਕਹਿਣ 'ਤੇ ਹਰ ਮਹਿਫਿਲ 'ਚ ਸ਼ਾਨੇ ਜ਼ਹਰਾ ਪੜ੍ਹਨੀ ਹੈ, ਵੇਖ ਲਵੀਂ ਤੈਨੂੰ ਔਲਾਦ ਵੀ ਮਿਲੇਗੀ ਅਤੇ ਰੰਗ ਵੀ ਲੱਗ ਜਾਣਗੇ। ਅਤੇ ਮੈਂ ਹੁਣ ਇਸ ਦੁਆ ਨਾਲ ਇਹ ਕਲਾਮ ਪੜ੍ਹਦਾ ਹੁੰਦਾ ਕਿ ਯਾ ਅੱਲਾ ਜਿਹੜਾ ਸ਼ਾਨੇ ਜ਼ਹਰਾ ਸੁਣ ਕੇ ਗੋਡੇ ਛੱਡ ਕੇ ਇਸ ਅਜ਼ੀਮ ਹਸਤੀ ਦੇ ਨਾਂ ਦੇ ਮੁਹੱਬਤ ਨਾਲ ਸੁਬਾਨ ਅੱਲਾ ਬੋਲੇ, ਬੇ ਔਲਾਦ ਹੈ ਅਤੇ ਮੇਰੇ ਮਾਲਕਾ ਸਾਹਿਬ ਔਲਾਦ ਹੋ ਜਾਏ। ਯਾ ਅੱਲਾ ਕੋਈ ਬਿਮਾਰ ਹੈ ਅਤੇ ਸਿਹਤ ਯਾਬ ਹੋ ਜਾਏ, ਕੋਈ ਜਿਹੜਾ ਦਿਲ ਲਈ ਤਮੰਨਾ ਲੈ ਕੇ ਆਇਆ ਸ਼ਾਨੇ ਜ਼ਹਰਾ ਦਾ ਸਦਕਾ ਮੇਰੇ ਮਾਲਕਾ ਪੂਰੀ ਹੋ ਜਾਏ। ਲੈ ਜਿਹਦਾ ਈਮਾਨ ਹੈ ਕਿ ਮੈਂ ਖਾਲੀ ਨਹੀਂ ਜਾਵਾਂਗਾ, ਇਨਸ਼ਾਅੱਲਾ ਉਹਨੇ ਸੁਬਾਨ ਅੱਲਾ ਕਹਿਣੀ ਹੈ। ਇਹ ਉਹ ਅਜ਼ੀਮ ਹਸਤੀ ਹੈ ਜਿਹਦਾ ਵਾਸਤਾ ਪਾਇਆ ਜਾਵੇ, ਨਾ ਖੁਦਾ ਮੋੜਦਾ ਹੈ ਨਾ ਮੁਸਤਫਾ ਮੋੜਦਾ ਹੈ, ਉਹ ਹਸਤੀ ਹੈ ਜ਼ਹਰਾ ਪਾਕ। ਮੈਂ ਸ਼ਾਨੇ ਜ਼ਹਰਾ ਪੜ੍ਹਨੀ ਹੈ, ਤੁਸੀਂ ਆਪਣੇ ਨਸੀਬਾਂ ਵਾਸਤੇ ਸੁਬਾਨ ਅੱਲਾ ਕਹਿਣੀ ਹੈ, ਹੁਣ ਮੇਰੇ ਵਾਸਤੇ ਨਹੀਂ ਆਪਣੇ ਵਾਸਤੇ ਤੁਸੀਂ ਸੁਬਾਨ ਅੱਲਾ ਕਹਿਣੀ ਹੈ। ਆਪਣੇ ਨਸੀਬਾਂ ਦੀ ਬੁਲੰਦੀ ਚਾਹੁੰਦੇ ਹੋ ਜਾਂ ਕੁਝ ਲੈਣ ਵਾਸਤੇ ਆਇਓ, ਤੇ ਤੁਹਾਨੂੰ ਸੁਬਾਨ ਅੱਲਾ ਦੀ ਖੁੱਲੀ ਦਾਵਤ ਹੈ, ਹੱਥ ਚੁੱਕ ਕੇ ਸੁਬਾਨ ਅੱਲਾ ਦੀ ਦਾਤ ਦੇਣੀ ਹੈ। ਤੇ ਮੈਂ ਇੰਜ ਕਹਿਣਾ ਹੈ, ਹੈ ਸ਼ਾਨ ਤੇਰੀ ਕਮਾਲ ਜ਼ਹਰਾ, ਤੂੰ ਹੈ ਬੜੀ ਲਾਜਪਾਲ ਜ਼ਹਰਾ, ਹੈ ਸ਼ਾਨ ਤੇਰੀ ਕਮਾਲ ਜ਼ਹਰਾ, ਹੈ ਸ਼ਾਨ ਤੇਰੀ ਕਮਾਲ ਜ਼ਹਰਾ, ਤੂੰ ਹੈ ਬੜੀ ਲਾਜਪਾਲ ਜ਼ਹਰਾ। ਇਹ ਜੁਮਲਾ ਤੁਸੀਂ ਸਮਝ ਜਾਂਦੇ ਤੇ ਯਕੀਨ ਕਰੋ ਇੰਜ ਸੁਬਾਨ ਅੱਲਾ ਬੋਲਦੇ, ਤੁਸੀਂ ਖੜੇ ਹੋ ਕੇ ਸੁਬਾਨ ਅੱਲਾ ਕਹਿੰਦੇ, ਖੜਿਆ ਬਿਲਕੁਲ ਨਹੀਂ ਹੋਣਾ, ਬੈਠ ਕੇ ਸੁਬਾਨ ਅੱਲਾ ਚਾਹੀਦੀ ਹੈ, ਤੁਸੀਂ ਖੜੇ ਹੋ ਕੇ ਸੁਬਾਨ ਅੱਲਾ ਬੋਲਦੇ ਜੇ ਮੇਰਾ ਜੁਮਲਾ ਸਮਝ ਜਾਂਦੇ, ਜਿਹੜਾ ਮੈਂ ਜੁਮਲਾ ਬੋਲਿਆ, ਤੂੰ ਹੈ ਬੜੀ ਲਾਜਪਾਲ ਜ਼ਹਰਾ। ਇਹ ਬਹੁਤ ਬੜੀ ਲਾਜਪਾਲ ਹੈ, ਇਹਦੀ ਲਾਜਪਾਲੀ ਦੀਆਂ ਸਖਾਵਤ ਦੀਆਂ ਬੇਸ਼ੁਮਾਰ ਮਿਸਾਲਾਂ ਨੇ। ਅੱਜ ਮੈਂ ਤੁਹਾਨੂੰ ਸਖਾਵਤ ਦੀ ਮਿਸਾਲ ਸੁਣਾਉਣਾ ਚਾਹੁੰਦਾ। ਨਸੀਬਾਂ ਵਾਲੇ ਬੰਦੇ ਸੁਬਾਨ ਅੱਲਾ ਕਹਿਣੀ ਹੈ, ਮੌਲਾ ਅਲੀ ਦੀ ਦਰ ਤੇ ਮੰਗਤਾ ਅਰਜ਼ ਕਰਦਾ ਹੈ, ਹਜ਼ੂਰ ਮੈਂ ਅੱਜ ਮੰਗਤਾ ਬਣ ਕੇ ਆਇਆ ਤੇ ਤੁਹਾਡੇ ਕੋਲੋਂ ਕੁਝ ਲੈਣ ਵਾਸਤੇ ਆਇਆ। ਸ਼ੇਰੇ ਖੁਦਾ ਨੇ ਫਰਮਾਇਆ ਮੰਗ ਕੀ ਮੰਗਣਾ ਹੈ, ਮੰਗਤੇ ਨੇ ਕਿਹਾ ਅੱਜ ਖੈਰਾਤ ਵਿੱਚ ਉਹ ਮੰਗਾਗਾ ਮੈਨੂੰ ਮੰਗ ਕੇ ਮਜ਼ਾ ਆ ਜਾਏਗਾ, ਤੁਹਾਨੂੰ ਅਤਾ ਫਰਮਾ ਕੇ ਮਜ਼ਾ ਆ ਜਾਏਗਾ। ਸਰਕਾਰ ਅਲੀ ਨੇ ਫਰਮਾਇਆ ਮੰਗ ਕੀ ਮੰਗਣਾ ਹੈ, ਕਹਿਣ ਲੱਗਾ ਮੈਨੂੰ ਖੈਰਾਤ ਵਿੱਚ ਆਪਣਾ ਵੱਡਾ ਬੇਟਾ ਹਸਨ ਅਤਾ ਕਰ ਦਿਓ, ਮੈਨੂੰ ਆਪਣਾ ਵੱਡਾ ਬੇਟਾ ਹਸਨ ਦੇ ਦਿਓ। ਖੈਰਾਤ ਵਿੱਚ ਪੈਸਾ ਦਿੱਤਾ ਜਾ ਸਕਦਾ ਹੈ, ਮੋਬਾਈਲ ਦਿੱਤਾ ਜਾ ਸਕਦਾ ਹੈ, ਗੱਡੀ ਦਿੱਤੀ ਜਾ ਸਕਦੀ ਹੈ, ਖੈਰਾਤ ਵਿੱਚ ਔਲਾਦ ਨਹੀਂ ਦਿੱਤੀ ਜਾਂਦੀ। ਹੁਣ ਇਹ ਸਖੀਆਂ ਦਾ ਘਰਾਨਾ ਹੈ, ਇੱਥੋਂ ਕਦੀ ਕੋਈ ਖਾਲੀ ਨਹੀਂ ਮੁੜਿਆ, ਹੁਣ ਜਵਾਬ ਵੇਖਣਾ ਹੈ। ਉਸਨੇ ਕਿਹਾ ਮੈਨੂੰ ਤੁਹਾਡਾ ਵੱਡਾ ਬੇਟਾ ਹਸਨ ਚਾਹੀਦਾ ਹੈ। ਮੌਲਾ ਅਲੀ ਸ਼ੇਰੇ ਖੁਦਾ ਘਰ ਤਸ਼ਰੀਫ ਲੈ ਆਏ, ਜ਼ਹਰਾ ਪਾਕ ਨੇ ਵੇਖਿਆ ਤੇ ਫਰਮਾਇਆ ਸ਼ੇਰੇ ਖੁਦਾ ਮੰਗਤੇ ਨੇ ਕੀ ਐਸਾ ਮੰਗ ਲਿਆ ਹੈ ਕਿ ਤੁਸੀਂ ਪਰੇਸ਼ਾਨ ਹੋ ਕੇ ਅੰਦਰ ਆਏ ਹੋ। ਸ਼ੇਰੇ ਖੁਦਾ ਨੇ ਫਰਮਾਇਆ ਮੰਗਤੇ ਨੇ ਖੈਰਾਤ ਵਿੱਚ ਹਸਨ ਮੰਗਿਆ ਹੈ, ਹਸਨ ਮੇਰਾ ਕੱਲੇ ਦਾ ਹੁੰਦਾ ਮੈਂ ਬਾਹਰ ਹੀ ਦੇ ਕੇ ਆ ਜਾਂਦਾ, ਹਸਨ ਮੇਰਾ ਵੀ ਹੈ, ਜ਼ਹਰਾ ਪਾਕ ਹਸਨ ਤੁਹਾਡਾ ਵੀ ਹੈ। ਤੇ ਜ਼ਹਰਾ ਪਾਕ ਦਾ ਜਵਾਬ ਸੁਣ, ਜਵਾਬ ਸੁਣ, ਤੜਪ ਜਾਵੇਗਾ ਜਵਾਬ ਸੁਣ ਕੇ। ਜ਼ਹਰਾ ਪਾਕ ਨੇ ਫਰਮਾਇਆ ਸ਼ੇਰੇ ਖੁਦਾ ਸਾਡੇ ਦਰ ਤੋਂ ਦੁਸ਼ਮਣ ਵੀ ਖਾਲੀ ਨਹੀਂ ਜਾਂਦੇ, ਸਾਡੇ ਦਰ ਤੋਂ ਕਾਤਿਲ ਵੀ ਖਾਲੀ ਨਹੀਂ ਮੁੜਦੇ। ਮੰਗਤੇ ਨੇ ਹਸਨ ਮੰਗਿਆ ਹੈ, ਮੰਗਤੇ ਨੇ ਹਸਨ ਮੰਗਿਆ ਹੈ, ਇੰਜ ਕਰੋ ਮੰਗਤੇ ਨੇ ਤੇ ਕੱਲਾ ਹਸਨ ਮੰਗਿਆ ਹੈ, ਹਸਨ ਆਪਣੇ ਵੱਲੋਂ ਦੇ ਦਿਓ, ਹੁਸੈਨ ਨਾਲ ਮੇਰੇ ਵੱਲੋਂ ਦੇ ਦਿਓ।
हसन अपने वालों दे दियो, हुसैन मेरे वालों दे दियो। ये बड़ी लाजपाल हस्ती है, इस हस्ती के दर तो कभी कोई खाली नहीं बुरिया। लजड़ा कुछ इस हस्ती तो मंगना चाहता है, इस हस्ती का सदका मंगना चाहता है। इंशाल्लाह मैं को सुभान अल्लाह चाहिए। ऐ शान तेरी कमाल जहरा, तू है बड़ी लाजपाल जहरा। ए नजर भी नीवी वजू भी होवे जब दावे तेरा ख्याल जहरा। नजर भी नीवी वजू भी होवे, नजर भी नीवी वजू भी होवे जब दावे तेरा ख्याल जहरा। और हया तो सूरज नहीं लंघदा तेरा जे नंगा हो जावे वाल जहरा। हया तो सूरज नहीं लंघदा तेरा, हया तो सूरज नहीं लंघदा तेरा जे नंगा हो जावे वाल जहरा। रूह लमी है या इजराइल है, नहीं तकिया तेरा जमाल जहरा। खुदा ने खुद रूह कब्ज कीती जद आया वक्ते विसाल जहरा। खुदा ने खुद रूह कब्ज कीती, खुदा ने खुद रूह कब्ज कीती जद आया वक्ते विसाल जहरा। और तू रात लंबी दा सजदे दे लई खुदा नू कीता सवाल जहरा। अलामा साहब ऐ बंदे अपने नसीबा ते नाज करते होणगे जिन्हां हुजूर दा उमती होना नसीब होया है। तवज्जो करो, साडियां बच्चियां दे निकाह होण हक महर च 5-10 हज़ार। कोई अमीर होवे ते कोठी या कार मंगदी है, पूरी कायनात दे ताजदार दी बेटी ने हक महर च मंगिया की। जिहड़ा बंदा सुभान अल्लाह नहीं बोल रहा, मैं खसूसन उहनूं शेर सुनाना चाहता। तू रात लंबी दा सजदे दे लई खुदा नू कीता सवाल जहरा। ए नबी दी उम्मत दी खैर मंगी, तू मंगिया मेरे च नहीं माल जहरा। नबी दी उम्मत दी खैर मंगी, ए नबी दी उम्मत दी खैर मंगी, तू मंगिया मेहरे च नहीं माल जहरा। और तेरा ही जिगरा है करबला विच तू कुसदे वेखे ने लाल जहरा। तेरा ही जिगरा है करबला विच, तेरा ही जिगरा है करबला विच तू कुसदे वेखे ने लाल जहरा। क्योंकि रात कोई नहीं शबे मिलाद वर्गी, मंजर नहीं कोई काबा कौसैन वर्गा। नुक्ता चीनिया नुक्ते ने जन्म दितिया, उंज ते गैन भी लगदा ऐन वर्गा। ते मां कोई नहीं नबी दी मां वर्गी, पुत्र नहीं कोई शाहे सकल ऐन वर्गा। उस मां दा जिगरा वेख ना सिर जिन्ने वारिया पुत्र हुसैन वर्गा। उस मां दा जिगरा वेख ना सिर, उस मां दा जिगरा वेख ना सिर जिन्ने वारिया पुत्र हुसैन वर्गा। तेरा ही जिगरा है करबला विच तू कुसते वेखे ने लाल जहरा। ला मेरी हाजरी मुकम्मल हो गई है, मैं सेकंड लास्ट शेर पढ़ना है, इस तो बाद मक्ता पढ़ना है। जेड़ा बंदा अपनी मां नाल प्यार करदा है, एक बारी हसनैन करीमैन दी अम्मी जान दे नां ते हाथ चुक के उच्चा बोले सुभान अल्लाह। मिठू भाई हाथ सीधे करके गज के बोल सुभान अल्लाह। जेड़ा बंदा चाहता है कयामत वाले दिन मेरी मां दे सिर ते इज्जत दा ताज नसीब होवे, वो बंदा एक बारी फिर हाथ लहरा के गज के बोले सुभान अल्लाह। तवज्जो करनी, अगला जुमला बड़ा कीमती दे रहा, हर बंदे दा दिल करेगा। अल्लाह करे शेर मेरे वास्ते कबूल हो जाए। जेड़ा बंदा अपनी मां नाल प्यार करता है ते चाहता है कयामत वाले दिन मेरी मां दे सिर ते इज्जत दा ताज होवे, उस बंदे दा दिल करेगा शेर मेरे वास्ते कबूल हो जाए। क्योंकि कयामत वाले दिन ऐलान होवेगा कि सारे मर्द अपनी नजरां नीवियां कर लो, हुजूर दी प्यारी बेटी, हुजूर दी प्यारी शहजादी ज़ारा पाक दी आमद हो रही है, आप तशरीफ ले आ रही ने। ऐलान होवेगा, ले हुण जुमला सुन। ऐ शान तेरी कमाल जहरा, तू है बड़ी लाजपाल जहरा। नजर भी नीवी वजू भी होवे जद आवे तेरा ख्याल जहरा। तू रात लंबी दा सजदे दे लई खुदा नू कीता सवाल जहरा। तेरा ही जिगरा है करबला विच तू कुसते वेखे ने लाल जहरा। तू जोड़े चुकण लई मेरी मां नू भी रख ली माशे च लाल जहरा। तू जोड़े चुकण लई, तू अपने पाक जोड़े चुकण लई जिहड़ा चाहुंदा कयामत वाले दिन ज़ारा पाक दे जोड़े मेरी मां दे सिर दा ताज होण, ओ बंदा हाथ चुक के गज के बोले सुभान अल्लाह। तू जोड़े चुकण लई, तू अपने पाक जोड़े चुकण लई मेरी मां नू भी रख ली माशर च नाल जहरा। है फसिया सागर मुसीबतां विच हुसैन दे सदके टाल जहरा। फसिया सागर मुसीबतां विच, है फसिया सागर मुसीबतां विच हुसैन दे सदके टाल जहरा। क्योंकि है शान तेरी कमाल जहरा, तू है बड़ी लाजपाल जहरा। जींदे रहो माशाल्लाह। जिवें सुभान अल्लाह बोले हो, अल्लाह जहरा दी जोड़ी दा सदका थोड़े सारे दे मन दी मुरादा पूरियां फरमाए। जिवें तुसी खुश हो के सुभान अल्लाह कह रहे हो। सफर भाई ठीक बंदे बोल रहे ने, ये बड़ी वड्डी महफल करांदा है ते हर साल मैनू सद्दा है। ये ना कि भी साडी महफल ते बड़ी सुभान अल्लाह खाना है, जल्ले चाकड़ ते तू बोले ही नहीं आना।
سناؤ ایک واری ظفر نو سناؤ نا ایک واری اچھا سبحان اللہ لے ہون ایک واری داتا ساؤنڈ واسطے اچھی بولو سبحان اللہ آج جڑا مووی آلا ڈیوٹی کر رہے ایک واری اندے واسطے بھی اچھی آکو سبحان اللہ جن نے ایڈی سونی لائٹنگ کیتی ہو دے واسطے بھی بولو سبحان اللہ جن نے ایڈی سونی محفل سجائی ہو دے واسطے کنا اچھا بول دیو بھلا بول کے بکھاؤ نا جن نے اتنی محنت کی اک نواز دے پوری فیملی واسطے ایک واری گج کے بولو سبحان اللہ